ਉਹ ਨਿਊਜ਼ੀਲੈਂਡ ਵਿੱਚ ਜੋ ਸ਼੍ਰੋਮਣੀ ਅਕਾਲੀ ਦਲ ਦੇ ਹਮਦਰਦ ਨੇ ਵਰਕਰ ਨੇ ਸਾਰਿਆਂ ਨੂੰ ਵਧਾਈ ਦਿੰਦਾ, ਖਾਸ ਤੌਰ 'ਤੇ ਜਗਜੀਤ ਸਿੰਘ ਬਰਾੜ ਜੋ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਨਿਊਜ਼ੀਲੈਂਡ ਦੇ, ਅਤੇ ਉਹ ਸਾਰੇ ਅਹੁਦੇਦਾਰ ਵਰਕਰ ਜਿਹੜੇ ਨੇ ਜਿਨ੍ਹਾਂ ਦੀ ਹਿੰਮਤ ਨਾਲ ਸਹਿਯੋਗ ਨਾਲ ਇਹ ਜਥੇਬੰਦੀ ਨਿਊਜ਼ੀਲੈਂਡ ਦੇ ਵਿੱਚ ਸਥਾਪਿਤ ਹੋਈ ਆ। ਔਰ ਅੱਜ ਦਫ਼ਤਰ ਦਾ ਉਦਘਾਟਨ ਕਰਕੇ ਮੈਂ ਸਮਝਦਾ ਐੱਨ ਆਰ ਆਈ ਦੇ ਵਿੱਚੋਂ ਨੰਬਰ ਇੱਕ ਲੈ ਕੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਾਹਿਬ ਪ੍ਰਕਾਸ਼ ਸਿੰਘ ਬਾਦਲ, ਸਤਸੰਗਤ ਸਿੰਘ ਬਾਦਲ ਦੀ ਸਰਪ੍ਰਸਤੀ ਦੇ ਹੇਠ ਇਹ ਜਿਹੜੀ ਜਥੇਬੰਦੀ ਚੱਲ ਰਹੀ ਆ, ਇਹਨੇ ਜਿਸ ਤਰ੍ਹਾਂ ਪੰਜਾਬੀਆਂ ਦੇ ਵਿੱਚ ਦੇਸ਼ ਵਾਸੀਆਂ ਦੇ ਵਿੱਚ ਆਪਣੀ ਪਹਿਚਾਣ ਬਣਾਈ ਆ। ਔਰ ਮੈਂ ਉਹਦੀ ਸ਼ਲਾਘਾ ਕਰਦਾ ਔਰ ਮਹਿਸੂਸ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ 'ਤੇ ਮਾਣ ਦੇਣ ਦੇ ਵਿੱਚ ਜਥੇਬੰਦੀ ਸਹਿਯੋਗ